ਸਤਿ ਸ਼੍ਰੀ ਅਕਾਲ ਦੋਸਤੋ, ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਹੈ ਜੀ ਮੇਰੇ ਅੱਜ ਦੇ ਵਲੌਗ ਦੇ ਵਿੱਚ। ਅਤੇ ਤੁਸੀਂ ਦੇਖ ਚੁੱਕੇ ਹੋ, ਪਿੱਛੇ ਸਨੋ ਪੈ ਚੁੱਕੀ ਆ, ਅਤੇ ਅੱਜ ਆਪਾਂ ਇੱਕ ਨਵੀਂ ਚੀਜ਼ ਕਰਨ ਲੱਗੇ ਹਾਂ ਜੋ ਲਾਸਟ ਵਿੰਟਰ ਨਹੀਂ ਕੀਤੀ। ਅਤੇ ਦੇਖਦੇ ਹਾਂ ਅੱਜ ਬਣਾ ਕੇ ਜੇ ਆਪਣੇ ਕੋਲ ਸਨੋਮੈਨ ਬਣਦਾ ਹੈ। ਮੇਰਾ ਵੀਰ ਬਲਪ੍ਰੀਤ ਸਿੰਘ ਸਾਡੇ ਨਾਲ ਹੈ, ਅਤੇ ਨਾਲ ਨੇ ਜੀ ਲਵਜੀਤ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਤੁਸੀਂ ਦੇਖ ਚੁੱਕੇ ਹੋਵੋਗੇ ਵਲੌਗ ਲਵਜੀਤ ਦੀ ਪਹਿਲੀ ਸਨੋ। ਬਾਈ ਕਿੱਦਾਂ ਐਕਸਪੀਰੀਅੰਸ? ਪਹਿਲਾਂ ਮੂੰਹ ਤਾਂ ਇੰਨੀ ਵੀ ਠੰਡ ਨਹੀਂ ਹੋਈ, ਠੰਡ ਬਹੁਤ, ਇੰਨੀ ਵੀ ਠੰਡ ਜਿੰਨੀ ਤੂੰ ਮੰਨੀ ਜਾਂਦਾ। ਹਵਾ ਚੱਲ ਰਹੀ ਹੈ, ਨੱਕ ਠਰ ਰਿਹਾ। ਮਤਲਬ ਕਿਵੇਂ ਦਾ ਤੁਹਾਨੂੰ ਹੁਣ ਤੱਕ? ਤੂੰ ਮੈਂ ਕਹਿੰਦਾ ਇੱਕ ਹਫ਼ਤਾ ਸਨੋ ਦੇ ਵਿੱਚ ਰਹਿ ਚੁੱਕਿਆ, ਤੇ ਤੈਨੂੰ ਕਿਵੇਂ ਦਾ ਲੱਗਿਆ ਐਕਸਪੀਰੀਅੰਸ? ਕਿਵੇਂ ਦਾ ਐਕਸਪੀਰੀਅੰਸ? ਪਹਿਲੀ ਸਨੋ ਚੰਗੀ ਸੀ ਕਿਉਂਕਿ ਉਹ ਦੂਜੇ ਦਿਨ ਨੂੰ ਖੁਰ ਗਈ ਹੈ। ਹੁਣ ਤਿੰਨ ਦਿਨ ਹੋ ਗਏ ਪਈ ਨੂੰ ਇੱਥੇ, ਦੇਖ ਦੇਖ ਕੇ ਅੱਕੇ ਪਏ ਹਾਂ। ਲੰਘਣਾ ਟੱਪਣਾ ਬਹੁਤ ਔਖਾ ਹੋ ਗਿਆ ਕਾਲਜ ਜਾਣਾ। ਅੱਜ 21 ਨਵੰਬਰ ਹੋ ਚੁੱਕੀ ਆ, ਅਤੇ ਅਗਲੇ ਜੋ ਸੈਟਰਡੇ ਸੰਡੇ ਆ ਰਿਹਾ ਉਹਨਾਂ ਦੋ ਦਿਨ ਵੀ ਫਿਰ ਤੋਂ ਸਨੋਹ ਦੱਸੀ ਹੋਈ ਆ। ਅਤੇ ਦੇਖਦੇ ਹਾਂ, ਇੱਕ ਤਾਂ ਪਹਿਲਾਂ ਹੀ ਬਹੁਤ ਜ਼ਿਆਦਾ ਸਨੋਹ ਥੱਲੇ ਆਲਰੇਡੀ ਹੈਗੀ ਆ, ਤੁਸੀਂ ਮੇਰੇ ਪਿੱਛੇ ਛੱਤ ਦੇ ਉੱਪਰ ਵੀ ਦੇਖ ਸਕਦੇ ਹੋ, ਸਨੋਹ ਇਸ ਲੈਵਲ ਦੀ ਪੈ ਚੁੱਕੀ ਆ, ਅਤੇ ਦੋ ਦਿਨ ਹੋਰ ਦੱਸੀ ਹੋਈ ਆ ਸਨੋਹ, ਬੁਰਾ ਹਾਲ ਹੋਣੇ ਵਾਲਾ। ਅਤੇ ਆਪਾਂ ਹੁਣ ਲੱਗੇ ਹਾਂ ਜੀ ਸਨੋਮੈਨ ਬਣਾਉਣ, ਅੱਜ ਤੁਹਾਨੂੰ ਦਿਖਾਉਂਦੇ ਹਾਂ। ਦਰਵਾਜ਼ਾ ਬੰਦ ਕਰਿਆ, ਬਣ ਹੀ ਰਹੀ ਹੈ। ਉਹ ਤਾਂ ਇੱਕ ਪਾਸੇ ਜਾਣਾ, ਇੱਥੇ ਠੀਕ ਆ ਸੈਂਟਰ 'ਚ। ਮੈਂ ਕਹਿੰਦਾ ਦਸਤਾਨੇ ਪਾਣੇ ਬਣੇ ਆਪਾਂ ਨੂੰ, ਪਾਈ ਰਹੀ ਹੈ। ਆਓ ਸ਼ੇਰ ਆ, ਫੜੀ ਫੋਨ, ਮੈਂ ਦਸਤਾਨੇ ਪਾ ਕੇ ਆਇਆ। ਨੱਕ ਠਰ ਰਿਹਾ ਬਰੋ ਮੇਰਾ, ਸੱਚੀ ਮੇਰੇ ਵੀ ਹੱਥ ਠਰ ਰਹੇ ਆ। ਹਾਂਜੀ ਲਓ ਜੀ, ਆਪਾਂ ਕੈਮਰਾ ਦਿੱਤਾ ਟਿਕਾ ਤੇ ਦੇਖਦੇ ਹਾਂ ਅੱਗੇ ਪ੍ਰੋਸੈਸ। ਦਸਤਾਨੇ ਪਾ ਕੇ ਪਾਉਂਦੇ ਹਾਂ ਥੋੜ੍ਹਾ ਥੋੜ੍ਹਾ। ਸਾੜੀ ਮੈਨੂੰ ਹਾ ਦੇ ਦੇ ਖੁਰਚ ਲੈਣ, ਜਿਹੜਾ ਕੰਮ ਹੁੰਦਾ ਮੈਂ ਉਹਦੇ ਨਾਲ ਕਰ ਲੈਣਾ। ਮੇਰੇ ਦਸਤਾਨੇ ਦੇਖ ਦਿਓ, ਥੋੜਾ ਜਿਹਾ ਪ੍ਰੋਜੈਕਟ ਆਪਾਂ ਕਰ ਲਿਆ ਸਟਾਰਟ, ਬੇਸ ਐਸਾ ਟਿੱਡ ਜਿਹਾ ਗੋਲ ਜਿਹਾ ਬਣਾ ਲੈਣਾ ਆਪਾਂ ਨੇ। ਯਾਰ ਤੂੰ ਮਫਲਰ ਤਾਰ ਦੇ, ਇੰਨੀ ਠੰਡ ਵੀ ਨਹੀਂ ਹੋਈ, ਮੇਰਾ ਨੱਕ ਹਾਰ ਰਿਹਾ ਬਰੋ। ਤੇ ਸਾਡੀ ਸਾਡੇ ਹਾਲੇ ਲੱਗਦੀ ਆ ਬਾਈ, ਦਿਖਦਾ ਤਾਂ ਹੈ ਨੱਕ ਤੇਰਾ ਲਾਲ ਹੋਇਆ ਪੂਰਾ ਹੈ ਨਾ। ਆਪਣੀ ਸੇਫਟੀ ਰੱਖੋ ਸਭ ਤੋਂ ਪਹਿਲਾਂ। ਉਹ ਇੱਧਰ ਸੋਫਾ ਚੈੱਕ ਕਰੋ ਜੀ, ਸੋਫਾ ਜੋ ਵੀ ਸਾਡਾ ਸਟੈਂਡ ਹੈ ਇੱਥੇ ਬੈਠ ਯਾਰ, ਤੂੰ ਇੱਥੇ ਬੈਠ, ਤੂੰ ਦੇਖ ਯਾਰ, ਤੂੰ ਨਵਾਂ ਮੁੰਡਾ ਹਲੇ ਤੂੰ ਦੇਖ ਸਕਦਾ ਬਹਿ ਕੇ ਸਨੋਹ ਸਿੱਖਣੀ ਆ, ਸਨੋਹ ਸਿੱਖਣੀ। ਉਹ ਚਲੋ ਯਾਰ, ਕੈਮਰੇ ਨੂੰ ਕਰੋ ਸੈੱਟ ਦੁਬਾਰਾ, ਤੇ ਆਪਾਂ ਕਰਦੇ ਹਾਂ ਸਟਾਰਟ। ਇੱਥੇ ਅਸੀਂ ਟੱਕ ਟਿਕ ਜਾਣੇ ਨੇ, ਆ ਜਾਓ ਫਿਰ।
ਖੜਨਾ ਨਹੀਂ ਏਦਾਂ, ਪਾਣੀ ਪਾ ਲਾ ਥੋੜਾ ਜਿਹਾ ਗਾੜੀ ਹੋ ਵੀ ਬਣ ਸਕਦਾ। ਓਏ ਫਾਈਟ ਨਹੀਂ ਕਰਨੀ ਯਾਰ, ਪਿਛਲੀ ਵੀਡੀਓ ਦਾ ਕੰਮ ਨਹੀਂ ਕਰਨਾ। ਲਓ ਜੀ ਦੇਖ ਲਾ ਕਿ ਉਹ ਐਵੇਂ ਤਾਂ ਲੈਣਾ ਤੁਹਾਨੂੰ। ਓ ਜੋ ਕੰਮ ਕਰਨਾ ਹੈ ਕਰੋ। ਰਹਿਣ ਦੋ, ਜੋ ਕੰਮ ਕਰਨਾ ਉਹ ਕਰੀਏ। ਆਹੋ ਰੇਤਾ ਜਾ ਆ, ਜਮਣ ਜਮਣ ਵਾਲੀ ਹੈ ਨੀ। ਪਾਣੀ ਪਾ ਲੈਣਾ ਥੋੜੀ ਗੜੀ ਕਰ ਲੈ, ਧੁੱਪ ਆ ਗਈ। ਹਰ ਕੁਛ ਯਾਰ ਬਣਾ ਬਣਾ ਕੱਢ ਤੇ ਆਹੋ। ਬਣਨਾ ਨੀ, ਖੜ ਨੀ ਰਹੀ। ਬਣਾ ਕੇ ਬਾਅਦ ਚ ਇੱਥੇ ਗੋਲ ਕਰ ਦਾਂਗੇ। ਉਹ ਇੰਡੀਆ ਖਾਂਦੇ ਨੇ ਤੇ ਬਰਫ ਦਾ ਬੋਲਾ ਉੱਪਰ ਪਾ ਕੇ ਉਹ ਲਿਆਉਣਾ ਮੈਂ, ਉਹ ਫਲੇਵਰ ਤੇ ਲਿਆ। ਕਹਿੰਦੇ ਗਾਈਸ ਆ ਚੈੱਕ ਕਰੋ, ਸਨੋ ਚੈੱਕ ਕਰੋ ਤੁਸੀਂ। ਪਿਘਲ ਨਾ ਜਾ ਯਾਰ, ਧੁੱਪ ਆ ਗਈ ਭੱਜ ਯਾਰ। ਤੂੰ ਆ ਨਾ ਕੰਮ ਕਰ, ਤੋੜ ਮੈਂ ਪਿਘਲ ਰਿਹਾ ਨਹੀਂ। ਉਹਨੂੰ ਗੋਆ ਵਧੀਆ ਪ੍ਰੈਸ ਕਰਕੇ ਰੱਖ। ਇੰਡੀਆ ਗੋਲਾ ਨਹੀਂ ਖਾਇਆ ਜਿਹੜਾ, ਗੋਲੇ ਦੇਖ ਲਓ ਵੀ ਕ੍ਰਸ਼ ਕਰਕੇ ਬਣਾਉਂਦੇ ਆ ਇਸ ਨੂੰ, ਐਂ ਦੱਬ ਕੇ ਨਾ ਬਣਾ ਦਿੰਦੇ ਜਿਹੜੇ ਲਾ ਕੇ ਰੱਖਣੇ। ਸਹੀ ਹੈ ਸਹੀ ਹੈ, ਬਹੁਤ ਅੱਛੇ ਬਣਦਾ, ਬਹੁਤ ਵਧੀਆ। ਕੀ ਬੇਟਾ ਮੈਂ ਕਹਿੰਦਾ ਛੋਟੇ ਬਣਾ ਦਿੰਦੇ ਠੀਕ ਤਾਂ, ਵੱਡਾ ਬਣਾ ਦਿੰਦੇ ਹਜ਼ਾਰ ਤਾਂ ਲੱਗ ਜਾਂਦੇ। ਨਹੀਂ ਇਹਦਾ ਮੂੰਹ ਬਣਾ ਦਿੰਦਾ ਹੁਣ, ਮੈਂ ਦੇਖੀ ਸ਼ੇਪ ਇਹਨਾਂ ਬਣਾ ਦਿੰਦੇ। ਕਿਸ ਤਰ੍ਹਾਂ ਦੀ ਦੇਖੀ ਇਹਦੇ ਲੋਟ ਹੋਣੀ ਇਹਦੇ ਮੈਂ ਦੁਬਾਰਾ। ਲੱਗ ਰਿਹਾ ਸੁਣੋਗੇ ਹੋਰ
ਕੋਈ ਨਾ ਆਪਣੇ ਹੱਥ 'ਚ ਆਓ, ਲੋਕ ਬਣ ਗਿਆ ਠੀਕ ਹੈ ਨਹੀਂ ਆਵਾਂਗੇ ਗਾਈ ਸਾਡੀਆਂ ਵੀਡੀਓ ਦੇਖ ਕੇ ਨਾ ਇਹ ਪੰਗਾ ਨਾ ਲਿਓ ਸੁੰਨ ਹੋ ਜਾਂਦਾ ਟੈਂਪਰੇਚਰ ਵੀ ਡਾਊਨ ਆ ਨਾ ਤਾਂ ਕਰਕੇ ਆ ਠੰਡਿਆ ਅਸ ਤਾਂ ਹੈ ਵੇਲੇ ਅੱਜ ਹਵਾ ਨਹੀਂ ਚੱਲਦੀ ਅੱਜ ਫਿਰ ਵੀ ਬਚਾਓ ਟੈਂਪਰੇਚਰ ਡਾਊਨ ਆ ਵਰਦੇ ਰਹੀ ਇੱਥੇ ਜ਼ਿਆਦਾ ਹਵਾ ਹੀ ਮਾਰਦੀ ਆ ਹਵਾ ਫਿਰ ਵੀ ਕੰਟਰੋਲ ਆ ਹੱਥ ਫੜ ਕੇ ਉਹ ਤਾਂ ਖੜ ਗਿਆ ਮੈਂ ਕਹਿੰਦਾ ਚੱਲੀਏ ਖੜਿਆ ਨੀ ਜਾਣਾ ਇੰਨੀ ਦੇਰ ਬਲਪ੍ਰੀਤ ਜੀ ਚਲੇ ਗਿਆ ਅੰਦਰ ਕਹਿੰਦਾ ਠੰਡ ਆਓ ਗੁਰਪ੍ਰੀਤ ਸਾਹਿਬ ਜੁਆਇਨ ਕਰੋ ਸਾਨੂੰ ਵਾਹ ਜੀ ਵਾਹ ਬਣਾ ਰਹੇ ਨੇ ਅਸੀਂ ਲੱਗੇ ਸਨੋਮੈਨ ਇਹ ਜੀ ਸਾਡੇ ਗੁਰਪ੍ਰੀਤ ਭਾਜੀ ਓਹੋ ਵਲੌਗ ਬਣ ਰਿਹਾ ਬਰੋ ਨਾਲ ਦਿਆਂ ਨੱਕ ਜਾ ਤਾਂ ਆ ਗਿਆ ਬੁਰੇ ਲੋਟ ਓਏ ਮੂੰਹ ਤਾਂ ਟੱਕਿਆ ਹੋਇਆ ਇਹਨੇ ਲਵ ਨੂੰ ਮੂੰਹ ਕੀ ਟਕਾਤਾ ਇਹਦਾ ਕਹਿੰਦਾ ਪਿਛਲੇ ਵੀਡੀਓ ਚ ਨਾ ਬਹੁਤ ਬੇਇੱਜ਼ਤੀ ਹੋ ਗਈ ਮੇਰੀ ਦੱਬ ਦਿੰਦੇ ਤੈਨੂੰ ਕਰ ਦਿੰਦੇ ਟੈਨਸ਼ਨ ਮੁਕਤ ਮਾਸਕ ਪਿਆ ਮੇਰੇ ਕੋਲ ਮੈਂ ਮਾਸਕ ਲੈ ਕੇ ਆਇਆ ਵੀਡੀਓ ਪੌਜ਼ ਕਰ ਦੋ ਮਿੰਟ ਜਿੰਨਾ ਅੰਦਰ ਵੀ ਏਦਾਂ ਹੀ ਸਾਨੂੰ ਪਤਾ ਹੀ ਲੱਗਾ ਵੀ ਠੰਡੇ ਹੋ ਗਿਆ ਤੁਹਾਡੇ ਹੈਲੋ ਸੁੱਖਾ ਨੀ ਲਾਉਣਾ ਮੈਨੂੰ ਨੱਕ ਤੇ ਉੱਪਰ ਵੀ ਢੱਕ ਲੈਣਾ ਪੈਣਾ ਗਾਈ ਆਪਾਂ ਫੋਨ ਤਾਂ ਉੱਧਰ ਰੱਖਿਆ ਹੈ ਫਰੰਟ ਤੇ ਆਣਾ ਚਾਹੀਦਾ ਤੇਰੇ ਫੋਨ ਚ ਹੋਈ ਜਾਣੀ ਹੈ ਪੱਗ ਨਾ ਬੰਨੀ ਇਹਨੇ ਉਹ ਨਹੀਂ ਜਿਹੜਾ ਬਣ ਗਿਆ ਉਹ ਵੀ ਗਿਰ ਜਾਣਾ ਫੜ ਜਾ ਮਾਸਕ ਵੀ ਲੈ ਉਹ ਵੀ ਪਾਵਾਂਗੇ ਓਕੇ ਬਹੁਤ ਛੇ ਲੋਕ ਹੈ ਯਾਰ ਜਸ਼ਨ ਦੀ ਟੋਪੀ ਉਹਨਾਂ ਗਾਲਾਂ ਕੱਢਣ ਜੇ ਦੇਖ ਲਈ ਮੈਂ ਕਿੱਥੇ ਟੋਪੀ ਰੋ ਰਹੀ ਵਾਹ ਵਾਹ ਲੱਗਦਾ ਨਾ ਮੂੰਹ ਜਾ ਨਹੀਂ ਨੱਕ ਉਹ ਫਿਰ ਬੋਡੀ ਦਾ ਦੇਖ
ਲੱਗਦਾ ਗਾਈਸ ਹਾਂ ਨੱਕ ਦਾ ਐਡਜਸਟ ਕਰਦਾ ਨੱਕ ਵਾਸਤੇ ਇੱਕ ਜੁਗਾੜ ਹੁੰਦੇ ਆ ਉਹ ਦੇਖ ਵਾਹ ਹੁਣ ਲੱਗ ਰਿਹਾ ਬਾਈ ਹਾਂ ਹੁਣ ਬਣੀ ਗੱਲ ਬਣੀ ਗੱਲ ਉਹ ਦੇਖਣ ਡਰਾਉਣਾ ਜਿਹਾ ਨਹੀਂ ਲੱਗਦਾ ਹੋਰ ਰਾਤ ਨੂੰ ਏਦਾਂ ਹੀ ਛੱਡ ਦੋ ਇਹਨੂੰ ਉਹ ਨਹੀਂ ਖੜ ਜਾ ਇਹਨਾਂ ਉਹ ਕਰਦੇ ਸਿਸਟਮ ਉਹਨੇ ਤੇ ਬਣਾਉਣਾ ਉਹ ਆਰਾਮ ਨਾਲ ਗੇਰ ਉਹਨੇ ਲਏ ਉਹਨੂੰ ਗੱਲ ਪੂਰੀ ਆ ਗਈ ਯਾਰ ਤੈਨੂੰ ਮੈਂ ਕਿਹਾ ਦਿਮਾਗ ਚ ਆਪਣੇ ਸਾਰਾ ਨਕਸ਼ਾ ਬਣਿਆ ਸਰ ਕਿਆ ਕਰਨਾ ਉਹਦਾ ਜ਼ਿਆਦਾ ਡੂੰਘਾ ਕਰਨ ਲੱਗ ਗਿਆ ਨਹੀਂ ਸਹੀ ਬਣ ਰਿਹਾ ਪਿੱਛੇ ਤੋਂ ਜ਼ਿਆਦਾ ਢਿੱਡ ਲੈ ਜਾਣਾ ਹੁਣ ਜ਼ਿਆਦਾ ਬਹੁਤ ਬਹੁਤ ਪਿੱਛੇ ਪਿੱਛੇ ਢਿੱਡ ਥੜਨਾ ਹੋਊਗਾ ਟੰਗਾ ਚਲੋ ਲੱਗੇ ਰੋ ਲੱਤ ਲੱਤ ਜ਼ਿਆਦਾ ਮੋਟੀ ਨਹੀਂ ਹੋ ਗਈ ਇੱਧਰ ਵਾਲੀ ਨਹੀਂ ਪਤਲੀ ਹੈ ਲੱਤ ਡੰਡੀ ਤੋੜ ਦੋ ਆਹੋ ਆਹ ਪਏ ਆ ਬਲਿੰਗ ਵੀਰੇ ਢਿੱਡ ਛੋਟਾ ਕਰੀਏ ਤੇਰੇ ਜਿੱਡਾ ਢਿੱਡ ਗੱਲ ਲੱਗ ਗਈ ਹੁਣ ਤਾਂ ਐਪਸ ਬਣਾ ਦੋ ਨਾ ਜੀ ਇਗਨੋਰ ਨਹੀਂ ਨਹੀਂ ਗੱਲ ਆਣੀ ਚਾਹੀਦੀ ਹੈ ਇਹ ਚ ਆਊਗੀ ਸਿਕਸ ਪੈਕ ਹੈਲੋ ਟੰਗਾ ਜ਼ਿਆਦਾ ਨਹੀਂ ਹੋ ਗਿਆ ਮੋਟੀਆਂ ਓਏ ਆਹ ਹੋ ਗਿਆ ਮੋਟੀ ਆ ਉਹ ਇੱਕ ਮੋਟੀ ਤਾਂ ਨਹੀਂ ਪਤਲੀ ਉਹ ਨਾ ਢੇਰ ਲਾਤਾ ਲੱਤ ਦੀ ਜਗ੍ਹਾ ਉਹ ਦੇਖੀ ਪਿੱਛੇ ਲੱਗਿਆ ਪਤਲਾ ਕਰੋ ਯਾਰ ਥੋੜਾ ਜਿਹਾ ਉਹ ਨਹੀਂ 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 ਉਹ ਪੰਗਾ ਨਾ ਲਓ ਹੁਣ ਸ਼ੇਪ ਨਾ ਖਰਾਬ ਹਾਂ ਇੱਕ ਸਾਈਡ ਤੇ ਪਤਲਾ ਹੋਣਾ ਇੱਕ ਸਾਈਡ ਤੇ ਮੋਟਾ ਹੋਰ ਉਹ ਲਾਵਾ ਤੂੰ ਇੱਧਰ ਇੱਧਰ ਤੇ ਕਰਤਾ ਹੁਣ ਇੱਧਰ ਤੇ ਮੋਟਾ ਹੋ ਗਿਆ ਹੋਰ ਜਾ ਬੂਟ ਚੱਕ ਕੇ ਲਿਆ ਸ਼ਾਂਗ ਤੇ ਸਾਰਾ ਹੀ ਗੁਰਪ੍ਰੀਤ ਮੁੰਡੇ ਬੂਟ ਚੱਕ ਕੇ ਲਈ ਜਿਹੜੇ ਵੀ ਤੁਹਾਨੂੰ ਟੱਕਰ ਗਏ ਮੇਰੇ ਨਾ ਚੱਕ ਲਈ ਕਾਲੇ ਲੈਣੇ ਬਣੇ ਆ ਚਿੱਟੇ ਨਾ ਚੱਕ ਦੇ ਜਿਹੜੇ ਵੀ ਚੱਕ ਲੈ ਟੱਕਰ ਗਏ ਨਾ ਤੈਨੂੰ ਗੇਟ ਖੋਲ ਕੇ ਓਏ ਯਾਰ ਨਾਸ ਕਰਤਾ ਸ਼ੇਪ ਦਾ ਸਾਰੀ ਦਾ ਯਾਰ ਉਹ ਲਗਾ ਰਿਹਾ ਇੱਧਰ ਲਾ ਤੂੰ ਨਾ ਇਕੱਠੀ ਕਰਕੇ ਤੇ ਨਾਲ ਲਾ ਦੇ ਬਸ ਕਾਫੀ ਸਾਰੀ ਤਾਂ ਬਹੁਤ ਲੰਗੀਆਂ ਮੋਟੀਆਂ ਆ ਗਈਆਂ ਲੱਗ ਰਹੀਆਂ ਹੋਣਗੀਆਂ ਜਿੱਡਾ ਢੇਡਾ ਹੁਣ ਹੰਬਣਾ ਵੀ ਪੈਣਾ ਸਰੀਰ ਉਹ ਦੇ ਸ਼ਾਂਗ ਤੇ ਸਾਰੀ ਥੱਲੇ ਸਪੋਰਟ ਵੀ ਚਾਹੀਦੀ ਉੱਪਰ ਉੱਪਰ ਨੀ ਚਪਕਾਣਾ ਥੱਲੇ ਵੀ ਚਾਹੀਦਾ ਹਾਂ ਲੈ ਕੱਛਾ ਕੁਛਾ ਤਾਂ ਨਹੀਂ ਪਾਉਣਾ ਨਹੀਂ ਨਹੀਂ ਜ਼ਿਆਦਾ ਹੋ ਜਾਊਗਾ ਉਹਨੇ ਇੱਧਰ ਇੱਧਰ ਸੈੱਟ ਕਰੋ ਬਲਿੰਗ ਉਹ ਵੀ ਸ਼ੇਪ ਕਿਹਦੇ ਆ ਚੱਕ ਲਿਆ ਤੁਸੀਂ ਤਰਵਾਉਂਗਾ ਰਹਿਣ ਦੇ ਹੋ ਜਾ ਕੇ ਰੱਖੇ ਦੇ ਹੋਰ ਲੈ ਚੱਕ ਕੇ ਨਵੇਂ ਬੂਟਾ ਉਹਦੇ ਆ ਜੇ ਲਿੰਗ ਬਾਈ ਦੇ ਚੱਕ ਲਿਆ ਉਹ ਦੇਖ ਕੇ ਲਿਆਉਣਾ ਪਤਾ ਉਹ ਤੁੰਨੀ ਤਾਂ ਚਾਹੀਦੀ ਹੈ ਇੰਨਾ ਵੀ ਸਲੀਲ ਨਹੀਂ ਕਰਦਾ ਕੰਮ ਇਹ ਬੂਟ ਆਪਣੇ ਕੰਮ ਆ ਜਾਊਗਾ ਜੀ ਐ ਭਾਈ ਬੂਟ ਪੁੱਠਾ ਨੀ ਪਵਾ ਤਿਆ ਇਹ ਪਰਲੇ ਪੈਰ ਦਾ
ਪੁੱਠੇ ਪੈਰਾਂ ਵਾਲੀ। ਹੁਣ ਉਧਰ ਦਾ ਢਿੱਡ ਨਾਲ ਛਾਂਗ ਨੀ ਕਰ ਜਾ। ਹੋਰ ਕੋਈ ਨਾ, ਐਡਾ ਐਡਾ ਮਾਪ ਕੇ ਨੀ ਚੱਲਣਾ। ਗਾਈ ਜਨ ਬਾਹ ਬਣਾਉਣ ਦੀ ਤਿਆਰੀ ਹੋ ਰਹੀ ਹੈ। ਉਹ ਕੰਡੇ ਆ ਚ ਦੋ ਤਿੰਨ ਜੋੜ ਦੇਣੀ ਆ ਆਪਾਂ ਨੇ। ਹੈਂਡਸ ਆਫ ਬੰਨੀ ਕੋ ਬੋਲਦਾ। ਹਾਂ ਬਸ 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 ਇਹਦੇ ਭਲਾ ਹੋ ਜੀ ਕੰਟੇ ਚ ਟਿਕਦੀ ਨਹੀਂ ਹੈ। ਟਿਕੋਗੀ ਜ਼ਿਆਦਾ ਲਾਉਣਾ ਥੱਲੇ ਤੇ ਬੇਸ ਬਣਾ ਤਕੜਾ ਨਾ, ਉਹ ਤਾਂ ਬੇਸ ਪਟਕਦੀ ਜਾਊਗੀ। ਹੋਰ ਫ੍ਰੀਜ਼ਿੰਗ ਟੈਂਪਰੇਚਰ ਚਾਹੀਦਾ। ਹਾਂ ਘੱਟ ਆ ਜੇ ਇਹ ਤਾਂ ਬੰਦੇ ਜਾਣਗੇ। ਨਹੀਂ ਨਹੀਂ ਰੁਕਣੀ ਹੋ ਨਾ, ਬਾਹ ਛੋਟੀ ਕਰ ਦਿੰਦੇ ਆਪਾਂ ਯਾਰ। ਨਹੀਂ ਠੀਕ ਹੈ, ਨਹੀਂ ਨਹੀਂ ਬਾਹ ਠੀਕ ਹੈ, ਸਹੀ ਠੀਕ ਹੈ ਬਾਹ ਦਾ। ਥੱਲੇ ਲਾ ਫੜ ਕੇ ਰੱਖ ਥੋੜੀ ਦੇ, ਛੱਡ ਦੇ ਛੱਡ ਦੇ ਛੱਡ ਦੇ। ਓ ਵੈਰੀ ਗੁੱਡ ਵੈਰੀ ਗੁੱਡ, ਜਾ ਰਹੀ ਬਾਹ ਨਾਲ ਬੋਲਣਾ ਨਹੀਂ ਚਾਹੀਦਾ, ਫੜ ਕੇ ਰੱਖ। ਪਤਾ ਕਿੰਨੀ ਐਡੀਟਿੰਗ ਕਰਨੀ ਪੈਣੀ, ਕੋਈ ਨਾ ਕਰੀ ਜਾਓ। ਨਹੀਂ ਮੈਨੂੰ ਲੱਗਦਾ ਨਹੀਂ ਬਾਹ ਟਿਕੂਗੀ, ਸਿਖਾ ਦਾਂਗੇ ਟੈਨਸ਼ਨ ਨਾ ਲੈ। ਉਹ ਦੋ ਉਂਗਲੀਆਂ ਹੀ ਕੱਢ ਦਿੰਦੇ ਨੇ ਬਾਹਰ ਉੱਪਰ। ਹਿਲਾਇਓ ਨਾ ਬਸ, ਐਤੀ ਫੜ ਕੇ ਬੈਠੇ ਰਹੋ। ਛੱਡ ਦੇ ਛੱਡ ਦੇ, ਨਹੀਂ ਨਹੀਂ ਉੱਪਰ ਲਾਣ ਦੇ ਚੱਕਰ ਚ ਥੱਲੋਂ ਗਈ। ਕਰ ਲੋ ਜੋ ਕਰਨਾ ਤੁਹਾਡੇ ਹੱਥ ਚ ਹੀ ਆ। ਉਹਨੇ ਸਗੋਂ ਫਿਰ ਐਪਰੀਸ਼ੀਏਟ ਕਰਨਾ। ਕੋਈ ਨਾ ਪਿੱਛੇ ਬਲੈਕ ਰੰਗ ਦਾ ਪੜਦਾ ਲਾਉਂਦੇ, ਪਿੱਛੇ ਲੋਹੀ ਰੱਖ ਦੋ ਬਲੈਕ ਹੈ ਨੀ। ਬੋਟਲ ਫਸਾ ਦਿੰਦੇ ਯਾਰ ਵਿੱਚ। ਬੋਟਲ ਉੱਪਰ ਕਿਵੇਂ ਲਾਣੀ ਦੀ? ਬੋਟਲ ਵਿੱਚ ਭਰ ਕੇ ਸਨੋ ਬਣਨਾ ਹੀ ਉਹ ਹੈ। ਬੋਟਲ ਦੇ ਵਿੱਚ ਭਰ ਕੇ ਸਨੋ ਟੰਗ ਦਿੰਦੇ ਡੰਡੀ ਜਿਹਾ ਬਣਾਉਣਾ। ਹੋਰ ਕੀ ਦੋ ਤਿੰਨ ਤਰ੍ਹਾਂ ਦੀ ਬੋਟਲ ਬਣਾਉਣਾ ਹੈ। ਬੋਟਲ ਚ ਰੱਖਣਾ ਪਰ ਵਧੀਆ ਨਹੀਂ ਲੱਗਣੀ ਹੈ। ਮਿਹਨਤ ਨੀ ਨਾ ਲੱਗਣੀ। ਹਾਂ ਹੁਣ ਆਪਾਂ ਇਹਨਾਂ ਨੂੰ ਫੇਸਬੁੱਕ ਮਾਰਕੀਟ ਪਲੇਸ ਤੇ ਵੇਚ ਦੇਣਾ।
ਹੱਥ ਸੁਣ ਦੱਬੋ ਬਸ ਉਹ ਯਾਰ ਟਿੱਗ ਗਈ ਸੀ ਪਤਾ ਬਸ 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 ਲੈ ਛੇੜਦੀ ਲੈ 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 ਓਏ ਉਹ ਹੋ ਜੂਗੀ ਬਸ ਰਹਿਣ ਦੋ ਰਹਿਣ ਦੋ ਰਹਿਣ ਦੋ ਨੀਚੇ ਤੇ ਲੰਘ ਜਾਣੀ ਹੈ ਬਸ 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 ਹੈ ਗਾਇਸ ਹੁਣ ਪਿੱਛੇ ਉਹ ਤਾਂ ਕਰੋ ਰਿਵੀਲ ਕਰਤਾ ਮੁੰਡਾ ਹੁਣ ਉੱਥੇ ਨੇ ਮੈਂ ਹੀ ਇਹਨਾਂ ਪਿੱਛੇ ਹੱਥ ਦੇਖੀ ਨਹੀਂ ਪਏ ਉਹਦੇ ਗਰਦਨ ਅਡਾ ਕੇ ਬਹਿ ਜਾਓ ਬਸ ਬਹੁਤ ਅੱਛਾ ਲੱਗ ਰਿਹਾ ਬਹੁਤ ਅੱਛਾ ਲੱਗ ਰਿਹਾ ਹੁਣ ਮੈਂ ਨਾ ਵੀਡੀਓ ਇਹਨੂੰ ਕੱਟ ਕੇ ਲਓ ਜੀ ਚੈੱਕ ਕਰੋ ਮੁੰਡੇ ਦਿਨ ਤੋਂ ਬਾਹਾਂ ਤੇ ਮਫਲਰ ਪਾ ਕੇ ਹੈ ਮੋਟੂ ਜਾ ਸਨੋ ਪ੍ਰੀਤ ਬੂਟ ਵਾਟ ਵੀ ਪੂਰੇ ਹਨ ਜੱਚਦਾ ਯਾਰ ਬਾਹਾਂ ਚੈੱਕ ਕਰ ਡਰਾਵਣਾ ਜਾ ਨਹੀਂ ਲੱਗਦਾ ਉਹ ਡਰਾ ਬਾਬੂ ਕੋਲ ਉੱਠ ਕੇ ਭੰਗੜੇ ਨੂੰ ਪਾਏ ਜਾਂਦਾ ਬਹਿ ਕੇ ਭੰਗੜੇ ਪਾ ਰਿਹਾ